ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਸਟੱਡੀ ਬਾਹਰ ਪ੍ਰੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ 210ਵੀਂ ਵਾਸਤੇ ਇੱਕ ਹੋਰ ਜੋ ਨੋਟਿਸ ਆਊਟ ਕੀਤਾ ਗਿਆ ਉਹਨਾਂ ਨੇ ਵੈਬਸਾਈਟ ਤੇ ਆਪਣੀ ਜੋ ਆਊਟ ਕੀਤਾ ਹੈ ਪੀ ਐਸ ਸੀ ਬੀ ਜੋ ਇਹਨਾਂ ਦੀ ਵੈਬਸਾਈਟ ਹੈ ਠੀਕ ਹੈ ਆਫੀਸ਼ੀਅਲ ਉਹਨਾਂ ਤੇ ਜੋ ਆਊਟ ਕਰ ਦਿੱਤਾ ਗਿਆ ਕੀ ਸਾਰਾ ਨੋਟਿਸ ਹੈ ਕੀ ਡਿਟੇਲ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਚੈਨਲ ਤੇ ਪਹਿਲੀ ਵਾਰ ਹੈ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਬੜੇ ਲੱਗਦੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਉਾਊਟ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਊਟ ਕੀਤਾ ਗਿਆ ਜੇ 10ਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਸੰਬੰਧੀ ਠੀਕ ਹੈ ਨੋਟਿਸ ਆਊਟ ਕੀਤਾ ਗਿਆ ਹੈ ਪੰਜਾਬੀ ਵਾਧੂ ਵਿਸ਼ਾ ਪ੍ਰੀਖਿਆ ਜਨਵਰੀ 2022 ਜੋ ਕਿ ਮਿਤੀ 27 ਜਨਵਰੀ ਅਤੇ 28 ਜਨਵਰੀ ਨੂੰ ਕਰਵਾਈ ਜਾਣੀ ਸੀ ਪਰੰਤੂ ਕੋਵਿਡ-19 ਦੀ ਮਹਾਮਾਰੀ ਕਾਰਨ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਸੀ ਕੋਵਿਡ-19 ਦੇ ਸਥਿਤੀ ਹਲਾਤਾ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੀਖਿਆ ਹੁਣ ਮਿਤੀ 4 ਮਾਰਚ ਅਤੇ 5 ਮਾਰਚ 2022 ਨੂੰ ਲੈਣ ਦਾ ਫੈਸਲਾ ਲਿਆ ਗਿਆ ਹੈ ਇਸ ਲਈ ਪ੍ਰੀਖਿਆ ਵਿੱਚ ਅਪੀਅਰ ਹੁਣ ਵਾਲੇ ਪ੍ਰੀਖਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਪ੍ਰੀਖਿਆ ਸੰਬੰਧੀ ਰੋਲ ਨੰਬਰ ਮਿਤੀ 28 ਫਰਵਰੀ 2022 ਨੂੰ ਪੂਰਤੀ ਵੈੱਬਸਾਈਟ ਆ ਵੈੱਬਸਾਈਟ ਦਿੱਤੀ ਹੈ ਨਾ ਤੇ ਅਪਲੋਡ ਕਰ ਦਿੱਤੇ ਜਾਣ ਕੇ ਪ੍ਰੀਖਿਆਰਥੀਆਂ ਨੂੰ ਇਸ ਦੀ ਸੂਚਨਾ ਈਮੇਲ ਅਤੇ ਐਸਐਮਐਸ ਰਾਹੀਂ ਪੇਜ ਦਿੱਤੀ ਜਾਵੇਗੀ ਜੇਕਰ ਕੋਈ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਜਾਂਦਾ ਤਾਂ ਉਹ ਉਸ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ ਅਤੇ ਅਜੇ ਪ੍ਰੀਖਿਆਰਥੀਆਂ ਦੀ ਮੋੜ ਪ੍ਰੀਖਿਆ ਲੈਣ ਸੰਬੰਧੀ ਦਫ਼ਤਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਪ੍ਰੀਖਿਆ ਸੰਬੰਧੀ ਵਿਵੇਰ ਜਾਣ ਕਰਨ ਲਈ ਟੈਲੀਫੋਨ ਨੰਬਰ ਇਹਨਾਂ ਨੰਬਰ ਦਿੱਤਾ ਹੈ ਟੈਲੀਫੋਨ ਨੰਬਰ ਤੇ ਸਪਾਰਕ ਕੀਤਾ ਜਾ ਸਕਦਾ ਆ ਥੱਲੇ ਨੰਬਰ ਦਿੱਤਾ ਹੈ ਆਈਡਾ ਆੜਾ ਨੰਬਰ ਦਿੱਤਾ ਹੈ ਥੱਲੇ ਇਸ ਤੇ ਤੁਸੀਂ ਸਪਾਰਕ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਤਾਂ ਇਹ ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ